ਹੜ੍ਹਾਂ ਦੇ ਕਰਕੇ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ, ਬਹੁਤ ਸਾਰਾ ਨੁਕਸਾਨ ਹੋਇਆ। ਇਸ ਨੁਕਸਾਨ ਦੀ ਭਰਪਾਈ ਕਰਨ ਲਈ ਹੁਣ ਪੰਜਾਬ ਦੀ ਫਿਲਮ ਇੰਡਸਟਰੀ ਵੀ ਸਾਹਮਣੇ ਆ ਰਹੀ ਹੈ। ਹੁਣ ਇੱਕ ਫਿਲਮ ਦੂਰਬੀਨ ਆ ਰਹੀ ਹੈ, ਇਸ ਫਿਲਮ ਤੋਂ ਜੋ ਵੀ ਪੈਸਾ ਕਮਾਇਆ ਜਾਏਗਾ ਉਸ ਦਾ 20% ਹੜ੍ਹ ਪੀੜਿਤ ਜਿਹੜੇ ਲੋਕ ਹੈ ਉਹਨਾਂ 'ਤੇ ਲਗਾਇਆ ਜਾਵੇਗਾ, ਪ੍ਰਭਾਵਿਤ ਲੋਕਾਂ 'ਤੇ ਲਗਾਇਆ ਜਾਏਗਾ। ਸਾਡੇ ਨਾਲ ਇਸ ਫਿਲਮ ਦੇ ਪ੍ਰੋਡਿਊਸਰ ਨੇ ਜੁਗਰਾਜ ਪਾਲ। ਜੁਗਰਾਜ ਪਾਲ ਜੀ, ਕਿਹੜੀ ਫਿਲਮ ਇਹ ਤੁਸੀਂ ਪ੍ਰੋਡਿਊਸ ਕਰ ਰਹੇ ਹੋ ਅਤੇ ਕੀ ਕਨਸੈਪਟ ਇਸ ਫਿਲਮ ਦਾ, ਕਿਸ ਤਰੀਕੇ ਨਾਲ ਹੜ੍ਹ ਪੀੜਤਾਂ ਦੀ ਮਦਦ ਤੁਸੀਂ ਕਰੋਗੇ? ਪਹਿਲਾਂ ਤਾਂ ਜੀ ਮੇਰਾ ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਜੀ ਨੂੰ। ਅਤੇ ਸਾਡੀ ਫਿਲਮ ਹੈਗੀ ਜੀ ਦੂਰਬੀਨ, ਜੋ ਕਿ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਆਜ਼ਾਦ ਪਰਿੰਦੇ ਫਿਲਮ ਦੇ ਬੈਨਰਸ 'ਤੇ। ਇਹ ਫਿਲਮ ਇੱਕ ਐਡਵੈਂਚਰ ਕਾਮੇਡੀ ਹੈ, ਪਰਿਵਾਰਕ ਫਿਲਮ ਹੈ, ਜਿਹਦੇ ਵਿੱਚ ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਕ ਮੈਸੇਜ ਦਿੱਤਾ ਗਿਆ ਹੈ, ਸਮਝਾਇਆ ਗਿਆ ਹੈ ਯੂਥ ਨੂੰ, ਪਲੱਸ ਸਾਡੇ ਪਰਿਵਾਰ ਦੇ ਵੱਡੇ ਬਜ਼ੁਰਗਾਂ ਲਈ, ਸਾਰਿਆਂ ਲਈ, ਸਾਰਿਆਂ ਲਈ ਇੱਕ ਸਮਝ ਲਓ ਕਿ ਇੱਕ ਸੋਸ਼ਲ ਇੱਕ ਮੈਸੇਜ ਹੈ। ਇਹ ਬੇਸਿਕਲੀ ਸਾਡੀ ਫਿਲਮ ਜਿਹੜੀ ਹੈਗੀ ਆ, ਇਹ ਉਸ ਜੋ ਹੁਣ ਅੱਜ ਪੰਜਾਬ ਜਿਸ ਦੌਰ ਤੋਂ ਗੁਜ਼ਰ ਰਿਹਾ ਹੈ ਉਹੀ ਦੌਰ ਦਾ ਇੱਕ ਹਿੱਸਾ, ਉਹ ਜਿੱਦਾਂ ਤੁਸੀਂ ਕਹਿ ਲਓ ਇੱਕ ਕੁਦਰਤੀ ਤੌਰ 'ਤੇ ਫਿਲਮ ਪਹਿਲਾਂ ਬਣਾਈ ਗਈ ਅਤੇ ਅੱਜ ਉਹ ਹਾਲਾਤ ਹੋ ਗਏ, ਉਹ ਹਾਲਾਤਾਂ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਫਿਰ ਅਸੀਂ ਇਹ ਸਾਰਾ ਜਿਹੜਾ ਜੋ ਅੱਜ ਪੰਜਾਬ ਦੇ ਵਿੱਚ ਭਾਣਾ ਵਾਪਰਿਆ ਹੈ, ਉਹ ਜਿਵੇਂ ਕਿਸਾਨੀ, ਜਿਵੇਂ ਆਪਣਾ ਬੇਰੁਜ਼ਗਾਰੀ, ਨਸ਼ਾ, ਉਸ ਤਰੀਕੇ ਨੂੰ ਅਸੀਂ ਉਹ ਸਾਰਾ ਹੀ ਇਹਦੇ ਵਿੱਚ ਆ ਰਿਹਾ ਵਾ। ਉਹ ਇਸ ਕਰਕੇ ਇਹ ਫਿਲਮ ਸਾਰੀ ਇੱਕ ਐਡਵੈਂਚਰ ਕਾਮੇਡੀ ਹੈ, ਡਰਾਮਾ ਹੈ, ਬੜੇ ਕਾਮੇਡਿਕ ਵੇ ਤਰੀਕੇ ਦੇ ਨਾਲ ਅਸੀਂ ਇਹ ਫਿਲਮ ਦੇ ਵਿੱਚ ਫਰਮਾਇਆ ਹੈ। ਅਤੇ ਇਹਦੇ ਸਾਡੇ ਕਹਾਣੀਕਾਰ ਨੇ ਸੁਖਰਾਜ ਜੀ, ਅਤੇ ਇਹ ਪੰਜਾਬ ਆਜ਼ਾਦ ਪਰਿੰਦੇ ਬੈਨਰਸ ਦੇ ਅਤੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ 27 ਸਤੰਬਰ। ਕਿਵੇਂ ਸੋਚਿਆ ਕਿ 20% ਜਿਹੜਾ ਪੈਸਾ ਕਮਾਈ ਦਾ ਹੋਏਗਾ ਉਹ ਹੜ੍ਹ ਪੀੜਤਾਂ 'ਤੇ ਲਗਾਇਆ ਜਾਵੇਗਾ, ਅਤੇ ਕਿਵੇਂ ਖਰਚ ਕਰੋਗੇ ਤੁਸੀਂ? ਦੇਖੋ ਜੀ, ਜਦੋਂ ਬੇਸਿਕਲੀ ਸਾਡਾ ਜਿਹੜਾ ਪਿਛੋਕੜ ਹੈ ਜੀ, ਅਸੀਂ ਜਿਹੜੇ ਆਜ਼ਾਦ ਪਰਿੰਦੇ ਟੀਮ ਦਾ, ਉਹ ਇੱਕ ਕਿਸਾਨ ਪਰਿਵਾਰ ਦਾ ਪਿਛੋਕੜ ਹੈ, ਅਤੇ ਸਾਨੂੰ ਇਹ ਪਤਾ ਹੈ ਕਿ ਇੱਕ ਕਿਸਾਨ ਪਰਿਵਾਰ ਦਾ ਖੇਤੀ ਦੇ ਨਾਲ ਕੀ ਸੰਬੰਧ ਹੈ ਅਤੇ ਕੀ ਉਹਦੀਆਂ ਆਉਣ ਵਾਲੇ ਸਮੇਂ 'ਤੇ ਇੱਕ ਫਸਲ ਦੀ ਜਿਹੜੀ ਇਨਕਮ ਤੋਂ ਉਹਦੀਆਂ ਪਲੈਨਿੰਗਸ ਕੀ ਹੁੰਦੀਆਂ ਨੇ। ਤਾਂ ਸਾਨੂੰ ਜਦੋਂ ਇਹ ਚੀਜ਼ਾਂ ਸੋਸ਼ਲ ਮੀਡੀਆ 'ਤੇ, ਅਖਬਾਰਾਂ 'ਤੇ, ਨਿਊਜ਼ ਪੇਪਰਾਂ 'ਤੇ ਜਦੋਂ ਅਸੀਂ ਇਹ ਪੜ੍ਹਿਆ ਤਾਂ ਇੱਕ ਬੜਾ ਹੀ ਮਨ ਨੂੰ ਠੇਸ ਪਹੁੰਚੀ ਕਿ ਸਾਨੂੰ ਵੀ ਕੁਛ ਕਰਨਾ ਚਾਹੀਦਾ ਵਾ। ਉਹ ਕਿਉਂ ਕਰਨਾ ਚਾਹੀਦਾ? ਦੇਖੋ, ਅੱਜ ਤੱਕ ਫਿਲਮ ਇੰਡਸਟਰੀ ਦੇ ਵਿੱਚ ਜਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਮੇਨ ਟੌਪਿਕ ਕਿਸਾਨ, ਜੇ ਗਾਣੇ ਜਿਹੜੇ ਚੱਲ ਰਹੇ ਨੇ ਕਿਸਾਨ 'ਤੇ, ਜੱਟ 'ਤੇ, ਤਾਂ ਪਰ ਜਦੋਂ ਅੱਜ ਜੱਟ, ਕਿਸਾਨ ਜਾਂ ਆਮ ਲੋਕ ਇੱਕ ਉਸ ਚੀਜ਼ ਨਾਲ ਮੁਸ਼ਕਲ ਦੇ ਵਿੱਚ ਹੈ, ਤਾਂ ਮੈਨੂੰ ਮੇਰੇ ਹਿਸਾਬ ਨਾਲ ਲੱਗਦਾ ਸੀਗਾ ਕਿ ਸਾਨੂੰ ਵੀ ਹੁਣ ਉਹਨਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਤਾਂ ਬਾਅਦ 'ਚ ਅਸੀਂ ਭਰਾਵਾਂ ਨੇ, ਕੁਛ ਸੂਝਵਾਨ ਵੀਰਾਂ ਨੇ ਬਹਿ ਕੇ ਸਲਾਹ ਕੀਤੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਤਾਂ ਫਿਰ ਇੱਕ ਇਹ ਸਾਡੇ ਫੈਸਲਾ ਲਿਆ ਕਿ ਜਿਹੜੀ ਸਾਡੀ ਫਿਲਮ 27 ਸਤੰਬਰ ਨੂੰ ਦੂਰਬੀਨ ਆ ਰਹੀ ਹੈ, ਉਹਦੇ ਵਿੱਚੋਂ ਕੁਛ ਦਸਵੰਧ ਕੱਢ ਕੇ ਸਾਡੇ ਗੁਰੂ ਅਨੁਸਾਰ ਜੋ ਸਾਨੂੰ ਇੱਕ ਮਿਲਦੀ ਹੈ, ਸੇਧ ਮਿਲਦੀ ਹੈ, ਉਹ ਅਸੀਂ ਦਸਵੰਧ, ਫਿਰ ਅਸੀਂ ਸੋਚਿਆ ਵੀ 20% ਜੋ ਸਾਨੂੰ ਉਸ ਫਿਲਮ ਦਾ ਨਫਾ ਆਊਗਾ ਉਹ ਅਸੀਂ ਡੋਨੇਟ ਕਰਾਂਗੇ। ਅੱਜ ਦੀਆਂ ਜ਼ਰੂਰਤਾਂ ਇਸ ਏਰੀਏ ਦੇ ਵਿੱਚ ਅਲੱਗ ਹੈ, ਜੋ ਵੀ ਪ੍ਰਭਾਵਿਤ ਹੋਏ ਨੇ ਹੜ੍ਹ ਪੀੜਤਾਂ ਲਈ, ਲੇਕਿਨ 27 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ, 1 ਮਹੀਨੇ ਬਾਅਦ ਜ਼ਰੂਰਤਾਂ ਬਦਲ ਜਾਣਗੀਆਂ, ਤੁਸੀਂ ਕੀ ਕਰੋਗੇ? ਤੁਸੀਂ ਕੋਈ ਬਲੂ ਪ੍ਰਿੰਟ ਤਿਆਰ ਕੀਤਾ ਕਿ ਅਸੀਂ ਇਹ ਮਦਦ ਕਰਾਂਗੇ, ਡਾਕਟਰੀ ਸਿਹਤ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ, ਜਾਂ ਫਿਰ ਹੋਰ ਤਰੀਕੇ ਨਾਲ ਕਿਸੇ ਦੇ ਘਰ ਟੁੱਟੇ ਹੋਣਗੇ ਉਹ ਬਣਾ ਕੇ ਦਿੱਤੇ ਜਾਣਗੇ, ਜਾਂ ਫਿਰ ਕਿਸ ਤਰੀਕੇ ਦੀ ਮਦਦ ਤੁਸੀਂ ਦਿਓ? ਦੇਖੋ ਜੀ, ਬੜਾ ਹੀ ਸੋਹਣਾ ਤੁਹਾਡਾ ਸਵਾਲ ਹੈ ਕਿ ਮੁਸ਼ਕਲ ਅੱਜ ਹੈ, 27 ਸਤੰਬਰ ਨੂੰ 1 ਮਹੀਨਾ ਪਿਆ ਹੈ ਉਦੋਂ, ਬਟ ਮੈਂ ਇੱਥੇ ਇੱਕ ਚੀਜ਼ ਦੱਸਣੀ ਚਾਹੁੰਦਾ ਹੈ ਜੀ, 27 ਸਤੰਬਰ ਨੂੰ ਤਾਂ ਹੜ੍ਹ ਨਹੀਂ ਆਉਣੇ, ਬਟ ਜਿਹੜੇ ਹੜ੍ਹ ਦੇ ਪੀੜਤ ਨੇ ਉਹ 21 ਸਤੰਬਰਾਂ ਤੱਕ ਚੱਲਣਗੇ, 21 ਸਤੰਬਰਾਂ ਤੱਕ ਉਹਨਾਂ ਦੀਆਂ ਉਹ ਇੱਕ ਲਾਈਨ 'ਤੇ, ਇੱਕ ਟਰੈਕ 'ਤੇ ਨਹੀਂ ਆ ਸਕਦੇ। ਹੁਣ ਤਾਂ ਮੈਂ ਜਿਵੇਂ ਜੀ ਸਾਡੀਆਂ ਟੀਮਾਂ ਅਸੀਂ ਭੇਜੀਆਂ ਹੋਈਆਂ ਨੇ, ਉਹ ਸਰਵੇ ਕਰ ਰਹੀਆਂ ਨੇ ਪ੍ਰੋਪਰ ਉੱਥੇ ਕਿਸ ਕਿਸ ਚੀਜ਼ ਦੀ ਮੁਸ਼ਕਲ ਆ ਰਹੀ ਆ। ਦੇਖੋ, ਹੜ੍ਹ ਤਾਂ ਦਾ ਨੁਕਸਾਨ ਤਾਂ 1000 ਕਰੋੜਾਂ ਰੁਪਈਆਂ ਦੇ ਵਿੱਚ ਆ, ਅਸੀਂ ਤਾਂ ਇੰਨੇ ਜੋਗੇ ਨਹੀਂ ਹੈਗੇ ਬਈ ਇੰਨਾ ਕਰ, ਪਰ ਜਿੰਨਾ ਵੀ ਸਾਡੇ ਮਤਲਬ ਜੋ ਸਾਡੇ ਹਿੱਸੇ ਆਉਂਦਾ ਹੈ ਉਹਦੇ ਵਿੱਚੋਂ ਕੱਢ ਕੇ ਅਸੀਂ ਜਿੰਨੇ ਜੋਗੇ ਹਾਂ ਉਹ ਜੋ ਸਾਡੇ ਕੋਲ ਸਰਵੇ ਆਏਗਾ, ਮਾਲੀ ਸਹਾਇਤਾ, ਹੁਣ ਇਸ ਟਾਈਮ 'ਤੇ ਉੱਥੇ ਪਾਣੀ ਜਿਹੜਾ ਹੈ ਉਹ ਚੜਿਆ ਹੋਇਆ ਹੈ, ਅਸਲ ਤਾਂ ਸਾਡੀ ਜਿਹੜੀ ਇਮੇਜ ਕਲੀਅਰ ਹੋਣੀ ਹੈ, ਨੁਕਸਾਨ ਹੋਣਾ ਹੋਇਆ ਜਿਹੜੀ ਉਹ ਜਿੱਦਣ ਪਾਣੀ ਲੱਥਾ, ਜਿਵੇਂ ਕਸ ਉਪਜਾਊ ਜ਼ਮੀਨ ਹੈ ਉਹ ਰੇਤਾ ਚੜ੍ਹ ਗਿਆ ਉਹਦੇ ਉੱਪਰ ਹੁਣ ਖੇਤੀ ਨਹੀਂ ਹੋਣੀ, ਬਿਮਾਰੀਆਂ ਫੈਲ ਰਹੀਆਂ ਨੇ ਬਦਬੂ ਦੇ ਨਾਲ, ਗੰਦਗੀ ਦੇ ਨਾਲ, ਜਿਸ ਤਰ੍ਹਾਂ ਦਾ ਵੀ ਸਾਡੇ ਕੋਲ ਡਾਕਟਰੀ ਤਰੀਕਾ, ਕੋਈ ਸਹਾਇਤਾ, ਮੈਡੀਕਲ ਸਹਾਇਤਾ, ਕੋਈ ਐਜੂਕੇਸ਼ਨ ਸਹਾਇਤਾ, ਕੋਈ ਖਾਣ ਪੀਣ ਵਾਲੀਆਂ ਤਾਂ ਕੁਝ ਸੰਸਥਾਵਾਂ ਲੱਗੀਆਂ ਹੋਈਆਂ ਨੇ, ਉਹ ਤਾਂ ਸਮਾਨ ਪਹੁੰਚ ਹੀ ਰਿਹਾ ਵਾ, ਪਰ ਜਿਹੜਾ ਉਸ ਤੋਂ ਬਾਅਦ ਜਿਹੜੇ ਸਾਡੇ ਸਰਵੇ ਦੇ ਮੁਤਾਬਕ ਅਸੀਂ ਆਪ ਜਾ ਕੇ ਖੁਦ ਅਸੀਂ ਉਹ ਚੀਜ਼ ਨੂੰ ਆਪ ਨਾਲ ਹੈਂਡਲ ਕਰਾਂਗੇ ਅਤੇ ਲੋਕਾਂ ਤੱਕ ਪਹੁੰਚਾਵਾਂਗੇ ਆਪਣਾ ਮੈਸੇਜ ਸੁਨੇਹਾ।
ਫਿਲਮ ਹਿੱਟ ਹੋਏਗੀ ਜਾਂ ਨਹੀਂ ਹੋਏਗੀ ਨਾ ਡਾਇਰੈਕਟਰ ਨੂੰ ਪਤਾ, ਨਾ ਪ੍ਰੋਡਿਊਸਰ ਨੂੰ ਪਤਾ, ਨਾ ਮੈਨੂੰ ਪਤਾ, ਨਾ ਕਿਸੇ ਹੋਰ ਨੂੰ ਪਤਾ। ਅਗਰ ਫਿਲਮ ਹਿੱਟ ਨਹੀਂ ਹੁੰਦੀ, ਕਮਾਈ ਨਹੀਂ ਹੁੰਦੀ, ਤਾਂ ਫਿਰ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ? ਕਿ ਉਸ ਕੰਡੀਸ਼ਨ ਦੇ ਵਿੱਚ ਵੀ ਹੈਲਪ ਕੀਤੀ ਜਾਏਗੀ ਜਾਂ ਫਿਰ ਸੋਚਿਆ ਜਾਏਗਾ ਕਿ ਅਸੀਂ ਤਾਂ ਪਹਿਲੇ ਘਾਟੇ ਦੇ ਵਿੱਚ, ਅਗਰ ਹੋ ਗਿਆ ਇਸ ਤਰੀਕੇ ਨਾਲ ਤਾਂ ਕੀ ਕੀਤਾ ਜਾਏਗਾ? ਵੇਖੋ ਜੀ, ਹਰ ਬੰਦਾ ਇਨਸਾਨ ਇੱਕ ਪੋਜ਼ਿਟਿਵਲੀ ਚੱਲਦਾ ਹੈ, ਚੰਗੀ ਚੀਜ਼ ਸੋਚ ਕੇ ਹੀ ਚੱਲਦਾ ਹੈ, ਚੰਗਾ ਹੀ ਬਣਦਾ। ਬਾਕੀ ਅੱਗੇ ਫਿਊਚਰ ਨਹੀਂ ਵੇਖਿਆ ਕਿਸੇ ਨੇ ਉਹ ਕੀ ਹੋਣਾ ਹੈ, ਬਟ ਮੇਰਾ ਸਾਡਾ ਫਿਰ ਇੱਕ ਦੱਸਦਿਆਂ ਜੀ, ਅਸੀਂ ਇੱਕ ਚੰਗੀ ਸੋਚ ਲੈ ਕੇ ਆਏ ਹਾਂ, ਅਸੀਂ ਉਸ ਪਰਿਵਾਰਾਂ ਨਾਲ ਸੰਬੰਧਿਤ ਹਾਂ। ਅਸੀਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੀ, ਜਿਹੜੀ ਸਾਡੀ ਟੀਮ ਹੈ ਇਹ ਇੱਕ ਪਹਿਲਾਂ ਵੀ ਸੋਸ਼ਲ ਐਕਟੀਵਿਟੀਜ਼ ਕਰਦੇ ਰਹਿੰਦੇ ਹਾਂ ਅਸੀਂ ਪਿੰਡਾਂ ਦੇ ਵਿੱਚ। ਜੋ ਸਾਡੇ ਕੋਲ ਇੱਕ ਵੈਲਿਊ ਆਏਗੀ ਉਹ ਬਾਅਦ 'ਚ ਹੈ ਕੀ ਆਉਂਦੀ ਹੈ ਕਿੱਦਾਂ, ਪਰ ਫਿਰ ਵੀ ਅਸੀਂ ਉੱਥੇ ਖੜਾਂਗੇ ਅਤੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਵੀਰਾਂ ਭਰਾਵਾਂ ਦਾ, ਪਰਿਵਾਰਾਂ ਦਾ ਸਾਥ ਦੇਵਾਂਗੇ। 27 ਸਤੰਬਰ ਤੋਂ ਬਾਅਦ ਤਾਂ ਤੁਸੀਂ ਜ਼ਰੂਰ ਉੱਥੇ ਜਾਣ ਦੀ ਗੱਲ ਕਰਦੇ ਹੋ, ਤੁਸੀਂ ਅੱਜ ਆਪਣੀ ਟੀਮ ਦੇ ਨਾਲ, ਆਪਣੇ ਕ੍ਰੂ ਮੈਂਬਰਸ ਦੇ ਨਾਲ ਉਹਨਾਂ ਜਗ੍ਹਾ 'ਤੇ ਜਿਹੜੇ ਜਿਹੜੇ ਏਰੀਏ ਪ੍ਰਭਾਵਿਤ ਹੋਏ ਉਹਨਾਂ 'ਤੇ ਜਾ ਕੇ ਦੇਖਿਆ ਕਿ ਨੁਕਸਾਨ ਕਿੰਨਾ ਹੋਇਆ, ਕਿਸ ਤਰੀਕੇ ਨਾਲ ਮਦਦ ਕੀਤੀ ਜਾ ਸਕਦੀ ਆ? ਤੁਹਾਨੂੰ ਹੁਣ ਵੀ ਜਾ ਕੇ ਹੈਲਪ ਕਰਨੀ ਚਾਹੀਦੀ ਹੈ ਮੇਰੇ ਖਿਆਲ, ਅਗਰ ਮੋਰਲ ਵੈਲਿਊ 'ਤੇ ਤੁਸੀਂ ਜਾ ਰਹੇ ਹੋ, ਹਿਊਮੈਨਿਟੀ ਦੇ ਬੇਸ 'ਤੇ ਜਾ ਰਹੇ ਹੋ ਇਹ ਕਰਨ ਸਟੈਪ, ਤਾਂ ਤੁਹਾਨੂੰ ਹੁਣ ਵੀ ਜਾ ਕੇ ਤੁਸੀਂ ਕੋਈ ਹੈਲਪ ਕਰ ਰਹੇ ਹੋ ਜਾਂ ਫਿਰ ਫਿਲਮ ਰਿਲੀਜ਼ ਤੋਂ ਬਾਅਦ ਹੀ ਕਰੋਗੇ? ਦੇਖੋ ਜੀ, ਸਾਡੇ ਤੁਹਾਨੂੰ ਮੈਂ ਜਿਵੇਂ ਦੱਸਿਆ ਸੀ ਪਹਿਲਾਂ ਵੀ ਸਾਡੇ 4 ਤੋਂ 5 ਬੰਦੇ ਟੀਮ ਦੇ ਜਿਹੜੇ ਨੇ ਕਿ ਔਲਰੇਡੀ ਅਸੀਂ ਪਹੁੰਚਾਤੇ ਨੇ ਉੱਥੇ, ਤਾਂ ਉਹ ਆਪਣਾ ਦੇਖ ਰਹੇ ਨੇ। ਹੁਣ ਮੈਂ ਵੀ ਥੋੜ੍ਹਾ ਜਿਹਾ ਫਿਲਮ ਦਾ ਰਿਲੀਜ਼ਿੰਗ ਦਾ ਰਜ਼ੇਵਾਂ ਹੋਣ ਕਰਕੇ ਮੈਂ ਵੀ ਕੱਲ੍ਹ ਜਾ ਰਿਹਾ ਏਰੀਏ ਦੇ ਵਿੱਚ। ਬਾਕੀ ਅਸੀਂ ਨਾਲ ਨਾਲ ਅਪਡੇਟਸ ਦਿੰਦੇ ਰਹਾਂਗੇ ਆਪਣੇ ਯੂਟਿਊਬ ਚੈਨਲਸ 'ਤੇ, ਆਜ਼ਾਦ ਪਰਿੰਦੇ ਫਿਲਮਸ ਦੇ ਪੇਜ, ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ ਕਿ ਅਸੀਂ ਕੀ ਐਕਟਿਵ ਕਰ ਰਹੇ ਹਾਂ। ਅਸੀਂ ਸ਼ੁਰੂ ਕਰ ਦਿੱਤਾ ਹੋਇਆ ਕੰਮ, ਅਸੀਂ ਫੀਲਡ 'ਚ ਆ ਚੁੱਕੇ ਹਾਂ, ਤਾਂ ਔਰ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਜਿਹੜੇ ਜਿਹੜੇ ਹੋਰ ਵੀ ਸਾਡੇ ਸੱਜਣ ਨੇ ਜਿੱਥੇ ਹੈਲਪ ਕਰ ਸਕਦੇ ਨੇ, ਉਹਨਾਂ ਨੂੰ ਵੀ ਨਾਲ, ਉਹਨਾਂ ਦਾ ਵੀ ਸੰਯੋਗ ਲੈ ਕੇ, ਕਿਉਂਕਿ ਇਹ ਇੱਕ ਟੀਮ ਵਰਕ ਹੈ, ਮੈਂ ਇਕੱਲਾ ਕੁਛ ਨਹੀਂ ਕਰ ਸਕਦਾ, ਇੱਕ ਟੀਮ ਦੇ ਨਾਲ ਹੀ ਚੱਲ ਸਕਦਾ। ਮੈਂ ਇੱਥੇ ਇੱਕ ਜਾਣਕਾਰੀ ਹੋਰ ਸਾਂਝੀ ਕਰਨਾ ਚਾਹੁੰਦਾ ਹੈ। ਤੁਸੀਂ ਮੈਨੂੰ ਸਵਾਲ ਕੀਤਾ ਕਿ 27 ਸਤੰਬਰ ਤੋਂ ਪਹਿਲਾਂ ਜਾਓਗੇ ਕਿ ਬਾਅਦ 'ਚ, ਮੈਂ ਤੁਹਾਨੂੰ ਇੱਥੇ ਵੀ ਦੱਸਣਾ, ਪਹਿਲਾਂ ਤਾਂ ਅਸੀਂ ਚਲੀ ਚੁੱਕੇ ਹਾਂ। ਅਸੀਂ 27 ਸਤੰਬਰ ਤੋਂ ਬਾਅਦ ਜਿਹੜੀਆਂ ਸਾਡੀਆਂ ਆਜ਼ਾਦ ਪਰਿੰਦੇ ਫਿਲਮਸ ਤੋਂ ਫਿਲਮਾਂ ਆਉਣਗੀਆਂ, ਅਸੀਂ ਇੱਕ ਟੀਮ ਨੇ ਫੈਸਲਾ ਕੀਤਾ ਹੈ ਕਿ ਸਾਡੀ ਹਰ ਫਿਲਮ 'ਚੋਂ ਇੱਕ ਬਜਟ ਨਿਕਲੇਗਾ, ਉਹ ਫਿਲਮ ਪੰਜਾਬ ਦੇ ਕਾਰਜਾਂ ਲਈ, ਪੰਜਾਬ ਦੇ ਹਿੱਤ ਲਈ ਵਰਤਿਆ ਜਾਏਗਾ। ਚਾਹੇ ਉਹ ਬਜਟ ਅਗਲੀ ਫਿਲਮ ਦਾ ਬਜਟ ਸਾਡਾ ਐਜੂਕੇਸ਼ਨ ਲਈ ਹੋਵੇ, ਮੈਡੀਕਲ ਸਹੂਲਤਾਂ ਲਈ ਹੋਵੇ, ਜਾਂ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਹੋਵੇ, ਅਸੀਂ ਹਰ ਫਿਲਮ ਦੇ ਵਿੱਚੋਂ ਇਹ ਯੋਗਦਾਨ ਦਿੰਦੇ ਰਹਾਂਗੇ ਔਰ ਇਹ ਕੰਟੀਨਿਊਸਲੀ ਚੱਲਦਾ ਰਹੇਗਾ ਇੱਦਾਂ ਹੀ। ਧੰਨਵਾਦ ਯੁਵਰਾਜ, ਬਹੁਤ ਧੰਨਵਾਦ ਜੀ। ਤਾਂ ਇੱਕ ਚੰਗੀ ਪਹਿਲ ਜ਼ਰੂਰ ਕੀਤੀ ਗਈ ਆ ਫਿਲਮ ਇੰਡਸਟਰੀ ਵੱਲੋਂ ਕਿ ਹੜ੍ਹ ਪੀੜਤਾਂ ਦੀ ਮਦਦ ਇਹਨਾਂ ਵੱਲੋਂ ਵੀ ਕੀਤੀ ਜਾਏਗੀ, ਅਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਰਿਲੀਜ਼ ਹੋਣ ਤੋਂ ਬਾਅਦ ਤਾਂ ਮਦਦ ਕੀਤੀ ਜਾਏਗੀ, ਲੇਕਿਨ ਉਸ ਤੋਂ ਪਹਿਲਾਂ ਵੀ ਇਹ ਜਾ ਕੇ ਜੋ ਵੀ ਹੜ੍ਹ ਪੀੜਤ ਲੋਕ ਨੇ ਉਹਨਾਂ ਦੀ ਸਹਾਇਤਾ ਕਰਦੇ ਰਹਿਣਗੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਹੈਲੋ ਫਰੈਂਡਸ, ਮਾਈ ਨੇਮ ਇਜ਼ ਪ੍ਰਣੇ ਐਂਡ ਆਈ ਐਮ ਅ ਸਟੂਡੈਂਟ ਐਂਡ ਓਨਲੀ 20 ਈਅਰਸ ਓਲਡ। ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ ਜੁਆਇਨ ਕਰਨੇ ਸੇ ਪਹਿਲੇ ਆਈ ਵਾਸ ਵੇਇੰਗ ਅਰਾਊਂਡ 106 ਕੇਜੀਸ। ਆਫਟਰ ਜੁਆਇਨਿੰਗ ਬੋਡੀਫੈਬ ਆਈ ਹੈਵ ਸੀਨ ਅ ਡਰਾਸਟਿਕ ਚੇਂਜ to slash down my weight to 85 kgs to lead a very healthy and active lifestyle. Right decision and join Bodyfab Medical Weight Loss Clinic. Oh yeah, khair, khuasa.